ਚੱਲ ਚੰਗਾ ਪੁੱਤ ਠੀਕ ਹੈ ਠੀਕ ਆਹ ਵਧੀਆ ਹੋਇਆ ਇਹਨੇ ਮੈਨੂੰ ਦੱਸ ਦਿੱਤਾ ਵੀ ਕੱਲ੍ਹ ਨੂੰ ਪੱਕੋ ਨਹੀਂ ਆਉਣਾ ਮੈਂ ਵੀ ਹੁਣ ਕੋਈ ਨਾ ਕੋਈ ਬਹਾਨਾ ਬਣਾਉਂਦੀ ਹਾਂ ਨਾ ਬਿਮਾਰ ਹੁੰਦੀ ਹਾਂ ਮੈਨੂੰ ਕੋਈ ਕੰਮ ਤਾਂ ਨਾ ਕਰਨਾ ਪਏਗਾ ਚੱਲ ਇਹਦੇ ਮੁੜ ਕੇ ਆ ਜਾਣਾ ਪਿਓ ਨੇ ਅਤੇ ਇੱਦਾਂ ਕਰਨੀ ਆ ਟਾਈਮ ਨਾਲ ਹੀ ਲੰਮੇ ਪੈਂਦੀ ਪਰਨਾ ਬੰਨ ਹੀ ਨਹੀਂ ਹੈ ਸਿਰ 'ਤੇ ਕੋਈ ਨਾ ਕੋਈ ਇਹੋ ਸਕੀਮ ਚੱਲਣੀ ਹੁਣ ਹੋਰ ਤਾਂ ਕੋਈ ਨਹੀਂ ਚੱਲਣੀ ਹੈਗੀ ਲੈ ਹਾਂ ਕਰੀ ਆਪੇ ਸੇਵਾ ਨਾ ਤੁਹਾਨੂੰ ਲੱਗੇਗਾ ਪਤਾ ਹਾਂ ਸਕੀਮ ਵਧੀਆ ਚੱਲਣੀ ਹੁਣ ਅਜੇ ਤੱਕ ਤਾਂ ਨਹੀਂ ਇਹਦਾ ਪਿਓ ਆਇਆ ਇੱਦਾਂ ਕਰਨੀ ਹੈ ਜਦੋਂ ਇਹਨਾਂ ਨੇ ਆਉਣਾ ਨਾ ਉਦੋਂ ਹੂੰਗਣ ਡਿਆ ਪਾਂਗੀ ਆਹ ਵਧੀਆ ਲਾ ਜੀ ਕੋਈ ਗੱਲ ਨਹੀਂ ਉਹ ਠੀਕ ਹੈ ਬੰਤ ਹੋਰ ਕਿੱਦਾਂ ਉਹ ਮੇਰੀ ਗੱਲ ਸੁਣ ਫੋਨ ਮੈਂ ਤੈਨੂੰ ਤਾਂ ਕੀਤਾ ਸੀ ਵੀ ਸਪਰੇ ਦਾ ਕੰਮ ਗਿਆ ਆਪਣਾ ਨਿਬੜ ਅਤੇ ਹੁਣ ਖਾਦ ਪਾਉਣੀ ਆ ਕਣਕ ਨੂੰ ਹੈ ਅਤੇ ਇੱਕ ਅੱਧੇ ਦਿਨ ਤੱਕ ਆਵੀਂ ਅਤੇ ਦੋਵੇਂ ਜਣੇ ਰਲ ਮਿਲ ਕੇ ਪਾ ਲਾਂਗੇ ਉਹ ਮੇਰੇ ਕੋਲ ਵੀ ਹੁਣ ਪਹਿਲਾਂ ਜਿੰਨਾ ਕੰਮ ਨਹੀਂ ਗਾ ਹੁੰਦਾ ਤੂੰ ਨਾਲ ਹੋਏਗਾ ਤਾਂ ਚੱਲ ਬੋਰੇ 5-7 ਆਰਾਮ ਨਾਲ ਖਿਲਾਰ ਦਾਂਗੇ ਇਕੱਠੇ ਚੱਲ ਠੀਕ ਆ ਜਸਵਿੰਦਰ ਇੱਦਾਂ ਤਾਂ ਨਹੀਂ ਕਿਤੇ ਲੈ ਆਹ ਵੇਖ ਲਓ ਉਹ ਅਜੇ ਤਾਂ ਸ਼ਾਮਾਂ ਹੀ ਪਈਆਂ ਤੂੰ ਲੰਮੇ ਵੀ ਪੈ ਗਈ ਆ ਕੋਈ ਰੋਟੀ ਕੋਈ ਪਾਣੀ ਹੈਲੋ ਕੀ ਗੱਲ ਹੋਈ ਆ ਹਾਏ ਬਹੁਤ ਜ਼ਿਆਦਾ ਸਿਰ ਪੀੜ ਹੋਣ ਡਈ ਆ ਨਾਲ ਬੁਖਾਰ ਜਿਹਾ ਲੱਗਣ ਡਿਆ ਸਿਰ ਪੀੜ ਹੋਣ ਡਈ ਆ ਤੇ ਕੋਈ ਗੋਲੀ ਗਾਲੀ ਖਾਣੀ ਗੋਲੀ ਹੈ ਨਹੀਂ ਹੁਣ ਘਰ ਕੋਈ ਸਵੇਰੇ ਲਿਆਵਾਂਗੀ ਜਾ ਕੇ ਮੇਰੀ ਗੱਲ ਸੁਣ ਮੁੜ ਕੇ ਹਨੇਰਾ ਹੋ ਜਾਣਾ ਵਾ ਤੂੰ ਮੇਰੇ ਨਾਲ ਉੱਠ ਦਵਾਈ ਲੈ ਆਉਂਦੇ ਆ ਮੁੜ ਕੇ ਰਾਤ ਕਿੱਦਾਂ ਲੰਘਣੀ ਆ ਹਾਏ ਮੈਂ ਇਹੋ ਵੇਲੇ ਨਹੀਂ ਜਾਣਾ ਹੁਣ ਮੈਨੂੰ ਲੰਮੇ ਪੈਣ ਦਿਓ ਘੜੀ ਕੁ ਰੈਸਟ ਕਰ ਲੈਂਦਾ ਮੈਂ ਸਵੇਰੇ ਲੈ ਆਊਂਗੀ ਇੱਦਾਂ ਮੈਨੂੰ ਨਾ ਤੰਗ ਕਰੋ ਮੇਰੇ ਰਾਤ ਜ਼ਿਆਦਾ ਪੀੜ ਹੋਣ ਡਿਆ ਵੀਰੇ ਕਿੱਧਰ ਨੂੰ ਜਾਵਾਂਗੇ ਉੱਤੋਂ ਠੰਡ ਵਾ ਕਿਹਨੂੰ ਆਵਾਜ਼ ਮਾਰਾਂਗੇ ਰਾਤ ਹਾਏ ਹਾਏ ਮੈਨੂੰ ਨਾ ਸਤਾਓ ਮੈਂ ਨਹੀਂ ਠੀਕ ਹੈਗੀ ਸਵੇਰੇ ਲੈ ਆਵਾਂਗੇ ਕਿਉਂ ਮੇਰਾ ਸਿਰ ਖਾ ਲਿਆ ਜੇ ਜਾ ਬਾਬਾ ਸੌ ਜਾ ਮੈਂ ਕਹਿਣ ਡਿਆ ਵੀ ਮੁੜ ਕੇ ਅੱਧੀ ਰਾਤ ਮੈਨੂੰ ਤੰਗ ਕਰੂਗੀ ਨਹੀਂ ਮੰਨਦੀ ਤਾਂ ਨਾ ਮੰਨ ਹੱਦ ਵਾਏ ਦੀ ਰੋਟੀਆਂ ਮੈਂ ਆਪੇ ਲਾਉਣੀਆਂ ਪੈਣੀਆਂ ਜਾਪਦੀਆਂ ਅੱਜ ਰੋਜ਼ ਮੇਰੇ 'ਤੇ ਦਾਬੇ ਮਾਰਦਾ ਸੀ ਅੱਜ ਨਾਲੇ ਪਕਾ ਤੇ ਨਾਲੇ ਮੈਨੂੰ ਵੀ ਖਵਾਲ ਇੱਦਾਂ ਹੀ ਹੁਣ ਸੂਤਰ ਬਹਿਣਾ ਘਰੇ ਕੀ ਬੰਦਾ ਯਾਰ ਹੁਣ ਹੈ ਤਾਂ ਦੋਵੇਂ ਜਣੀਆਂ ਘਰ ਹੁਣ ਕੋਈ ਤੀਜਾ ਹੋਏ ਤਾਂ ਚੱਲ ਕੋਈ ਕਰ ਲਏ ਰੋਟੀ ਪਾਣੀ ਦਾ ਹੁਣ ਗੁੰਨਣ ਆਟਾ ਉੱਟਾ ਹੁਣ ਕੁੜੀਆਂ ਦੋਵੇਂ ਵਿਆਹੀਆਂ ਗਈਆਂ ਵਾ ਹੈਂ ਹੁਣ ਪਤਾ ਲੱਗਦਾ ਵੀ ਕੁੜੀਆਂ ਦੇ ਵਿਆਹ ਹੋਏ ਆ ਜੇ ਚੱਲ ਇੱਕ ਅੱਧੀ ਘਰ ਹੋਵੇ ਤਾਂ ਆਪੇ ਰੋਟੀ ਪਾਣੀ ਲਾ ਲਿਆ ਕੋਈ ਫਿਕਰ ਨਹੀਂ ਗਾ ਕਰਨਾ ਹੀ ਪੈਣਾ ਮਣਾ ਹੁਣ ਕੁਛ ਨਾ ਕੁਛ ਜੇ ਹੁਣ ਇਹਨੂੰ ਰੋਟੀਆਂ ਨਾ ਦੋ ਲਾ ਕੇ ਖਵਾਲੀਆਂ ਇਹਨੇ ਹੋਰ ਬਿਮਾਰ ਹੋ ਜਾਣਾ ਅਤੇ ਆਪ ਵੀ ਤਾਂ ਖਾਣੀ ਆ ਭੁੱਖ ਲੱਗੀ ਆ ਲਿਆ ਕਰਾਂ ਫਿਰ ਕੋਈ ਜੁਗਾੜ ਕਿਤੇ ਕੋਈ ਲੱਭਦਾ ਨਹੀਂ ਗਾ ਕਰਨਾ ਕੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਜਨਾਨੀਆਂ ਤਾਂ ਪਤਾ ਹੁੰਦਾ ਵੀ ਚੀਜ਼ਾਂ ਕਿੱਥੇ ਆ ਬੰਦੇ ਨੂੰ ਕੋਈ ਚੀਜ਼ ਹੀ ਨਹੀਂ ਲੱਭਦੀ ਸਮਾਨ ਭਾਵੇਂ ਰਸੋਈ 'ਚ ਪਿਆ ਹੋਏ ਸਾਰਾ ਉਹ ਮੇਰੀ ਗੱਲ ਸੁਣ ਤਾਂ ਉੱਠ ਹਿੰਮਤ ਰੱਖ ਥੋੜ੍ਹੀ ਜੀ ਮੇਰੇ ਵਿੱਚ ਹੈ ਨਹੀਂ ਉਹ ਮੇਰੀ ਗੱਲ ਸੁਣ ਮੈਂ ਦੁੱਧ ਲੈ ਆਇਆ ਜਵੈਣ ਜੂਣ ਪਾ ਕੇ ਹੈ ਅਦਰਕ ਉਦਰਕ ਪਾਇਆ ਮੈਂ ਉੱਠ ਫੜ ਪੀ ਘੁੱਟ ਤੇ ਫਿਰ ਚੱਲੀਏ ਤੇਰੀ ਦਵਾਈ ਲੈਣ ਨਹੀਂ ਲੰਘਦਾ ਮੈਨੂੰ ਉਹ ਫੜ ਲੰਘਦਾ ਨਹੀਂ ਗਾ ਤੈਨੂੰ ਕੁਝ ਖਾਏ ਪੀਏਗੀ ਤੇ ਸਿਹਤ ਠੀਕ ਰਹੂਗੀ ਆ ਮੈਂ ਜਵੈਣ ਜੂਣ ਪਾਈ ਹੈ ਤੇ ਵਾਹਵਾ ਚੀਜ਼ਾਂ ਪਾਈਆਂ ਮੈਂ ਲਾਚੀਆਂ ਲੂਚੀਆਂ ਪਾ ਕੇ ਰਿਹਾ ਚੰਗੀ ਤਰ੍ਹਾਂ ਰਹਿੰਦੇ ਹਾਂ ਤੇ ਪੀ ਲਾ ਤੇ ਜੇ ਕੱਪੜੇ ਬਦਲਨੇ ਉੱਠ ਕੇ ਬਦਲਾ ਤੇ ਜੇ ਨਹੀਂ ਬਦਲਨੇ ਤੇ ਰਹਿਣ ਦੇ ਚੱਲ ਕੋਈ ਗੱਲ ਨਹੀਂ ਚੰਗੇ ਭਲੇ ਕੱਪੜੇ ਮੈਨੂੰ ਕੱਪੜੇ ਸੁੱਜਣ ਦੇ ਜਾ ਕੇ ਤੇ ਦਵਾਈ ਲੈ ਗਈ ਨਹੀਂ ਜਾਣ ਦਿਆ ਤੁਸੀਂ ਸ਼ਾਇਦ ਮੈਨੂੰ ਕੱਪੜੇ ਕਹਿਣ ਚੱਲ ਆ ਪੀ ਤੇ ਮੈਂ ਉਹਨਾਂ ਵਾਂ ਤੇ ਦਵਾਈ ਲੈ ਗਈ ਤੇਰੀ ਹੈ ਦੁੱਧ ਤਾਂ ਬੜਾ ਸਵਾਦ ਬਣਾਇਆ ਵਾ ਇਹ ਮੈਨੂੰ ਹੁਣ ਕਹਿਣ ਦੇ ਦਵਾਈ ਲੈਣ ਚੱਲ ਜੇ ਮੈਂ ਦਵਾਈ ਲੈਣ ਗਈ ਹੈ ਤਾਂ ਮੈਂ ਚੰਗੀ ਭਲੀ ਹਾਂ ਮੈਂ ਤਾਂ ਬਹਾਨਾ ਬਣਾਇਆ ਚੱਲ ਇੱਦਾਂ ਕਰੂੰਗੀ ਜੇ ਨਾ ਹੀ ਹਟਣਗੇ ਨਾ ਤਾਂ ਚੱਲ ਜਾਵਾਂਗੀ ਸਿਰ ਪੀੜ ਕਿਹੜੀ ਉੱਥੇ ਪਤਾ ਲੱਗਣਾ ਹੁੰਦੀ ਆ ਕਿ ਜਾਂ ਨਹੀਂ ਹੁੰਦੀ ਬਹਾਨਾ ਸਿਰ ਪੀੜ ਦਾ ਹੀ ਲਾਉਂਗੀ ਜੇ ਬੀ ਪੀ ਵੱਲੋਂ ਕਹੂਗਾ ਤਾਂ ਉੱਦਾਂ ਕਹੂੰਗੀ ਲੱਤਾਂ ਬੜੀਆਂ ਦੁਖਣ ਡੀਆਂ ਬਹਾਨਾ ਬਣਾਉਂਗੀ ਕੋਈ ਨਾ ਕੋਈ ਯਾਰ ਤਿਆਰ ਤਾਂ ਹੀ ਹੋ ਗਏ ਹਾਂ ਅਤੇ ਨਵਦੀਪ ਦੇ ਪਿੰਡ ਦੇ ਫੋਨ ਕੀਤਾ ਹੀ ਨਹੀਂ ਕਿਸੇ ਵਕਤ ਬੰਦਾ ਘਰ ਵੀ ਨਹੀਂ ਹੁੰਦਾ ਫੋਨ ਕਰਨਾ ਪਹਿਲਾਂ
जनानियां ना भरावा लड़ना भी नहीं चाहिए, रोटी पानी का बड़ा औखा हो जाता काम। एक गलती करते बंदे जिहड़े घर वालियां नाल लड़ते आ, हुण पई आ ना बीमार, पता ही नहीं लगता भी कि चीज़ कित्थे ते कि कित्थे आ। रोटी तो हुण बंदे ने खानी है ना, औखा काम। जिहड़ा भरावा किसी का काम आ उह ही कर सकदा वा, दूजे बंदे वास्ते बड़ा औखा। ओया किदा आ गया फोन। हैलो, सत श्री अकाल। सत श्री अकाल, होर पिंदर कहिंदा ठीक ठाक आ? ਹੋਰ ਨਵ ਦਾ ਕੀ ਹਾਲ ਆ? ਹਾਂ ਹਾਂ ਪੁੱਤ ਠੀਕ ਠਾਕ ਆ ਆਪਾਂ ਵੀ। ਉਹ ਬਸ ਕਰਨਾ ਕੀ ਸੀ, ਉਹ ਮੰਮੀ ਨਹੀਂ ਉਹ ਤੇਰੀ ਠੀਕ, ਉਹ ਤਾਂ ਰਾਤ ਦੀ ਪਈ, ਉਹਨੂੰ ਸਿਰ ਪੀੜ ਬੜੀ ਹੋਣ ਡਈ ਉਹ, ਅਤੇ ਉਹ ਰਾਤ ਭਰਾਵਾ ਬੜਾ ਔਖਾ, ਰੋਟੀ ਪਾਣੀ ਵੀ ਹੁਣ ਤਾਂ ਆਪੇ ਬਣਾਉਣਾ ਪਿਆ ਵਾ, ਬੜਾ ਔਖਾ, ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ। ਅਤੇ ਹੁਣ ਮੈਂ ਚੱਲਿਆ ਉਹਦੀ ਦਵਾਈ ਲੈਣ। ਹੈਂ? ਅੱਛਾ ਆਉਣਾ ਵਾ? ਅੱਛਾ ਤੁਰ ਲੱਗੇ ਹੋ? ਚੱਲ ਆ ਜਾਓ ਫਿਰ, ਅਸੀਂ ਘੜੀ ਕੁ ਠਹਿਰ ਕੇ ਲਿਆਵਾਂਗੇ ਦਵਾਈ। ਹੈਂ? ਰਾਤ ਰਹੋਗੇ ਨਾ? ਦਿਨੇ ਦਿਨੇ ਮੁੜ ਜਾਣਾ, ਐਡੀ ਕਾਹਦੀ ਕਾਹਲੀ ਆ? ਉਹ ਗੱਲ ਤਾਂ ਪੁੱਤ ਠੀਕ ਹੈ, ਚਲੋ ਕੰਮ ਕਾਰ ਤਾਂ ਵਧੀਆ ਤੁਹਾਡਾ ਚੱਲਣ ਡਿਆ ਵਾ, ਚਲੋ ਵੇਖ ਲਿਓ ਕੋਈ ਨਹੀਂ। ਚਲੋ ਮੈਂ ਦੱਸਣਾ ਉਹਨੂੰ ਫਿਰ। ਠੀਕ ਆ, ਦਵਾਈ ਫਿਰ ਬਾਅਦ 'ਚ ਲਿਆਵਾਂਗੇ ਘੜੀ ਠਹਿਰ ਕੇ। ਮੇਰੀ ਗੱਲ ਸੁਣੋ, ਤਿਆਰ ਤਾਂ ਆਪਾਂ ਹੋ ਗਏ ਹਾਂ, ਪਰ ਪਿੰਡ 'ਤੇ ਫੋਨ ਕਰਕੇ ਦੱਸਿਆ ਨਹੀਂ ਉਹਨਾਂ ਨੂੰ। ਉਹ ਮੈਂ ਕਰਤਾ ਫੋਨ, ਮੈਂ ਕਹਿਣਾ ਚੱਲ ਦਵਾਈ ਲਿਆਉਂਦੇ, ਤੇ ਉਹ ਪਿੰਦਰ ਦਾ ਫੋਨ ਆ ਗਿਆ ਵਾ, ਤੇ ਉਹ ਲੱਗੇ ਹੀ ਆਉਣ ਦੋਵੇਂ ਜਾਣੇ, ਤੇ ਹੁਣ ਕਿੱਦਾਂ ਕਰਨੀ ਆ? ਘਰ ਤੇ ਖਲਾਰਾ ਵੀ ਬੜਾ ਪਿਆ ਵਾ। ਏਦਾਂ ਕਰੋ, ਮੈਨੂੰ ਦਵਾਈ ਲਿਆ ਦਿਓ, ਮੇਰੀ ਬੜੀ ਰਾਤ ਔਖੀ ਲੰਘੀ ਆ। ਮੇਰੀ ਗੱਲ ਸੁਣ, ਮੈਂ ਕਰਦਾ ਕੋਈ ਪ੍ਰਬੰਧ, ਕੋਈ ਇੱਕ ਅੱਧੀ ਤੈਨੂੰ ਖੁਰਾਕ ਇੱਥੋਂ ਫੜ ਫੁੜ ਦੇਣਾ ਵਾ, ਤੇ ਬਾਅਦ 'ਚ ਲਿਆਵਾਂਗੇ ਦਵਾਈ ਕਿ ਚੱਜ ਦੇ ਕੇ ਡਾਕਟਰ ਕੋਲ ਜਾ ਕੇ। ਹੱਦ ਹੋ ਗਈ ਤੁਹਾਡੇ ਵਾਲੀ, ਜਿਹੜੀ ਮੇਰੀ ਇੰਨੀ ਜਾਨ ਔਖੀ, ਮੇਰਾ ਵੀ ਕੁਛ ਸੋਚੋ। ਉਹ ਪ੍ਰਾਹੁਣਾ ਲੱਗਾ ਵਾ, ਉਹਨੂੰ ਕੁੜੀ ਲੱਗੀ ਆਉਣ, ਹੁਣ ਮੈਂ ਉਹਨਾਂ ਨੂੰ ਕੀ ਕਹਾਂ, ਦੱਸ ਇੰਨਾ ਖਲਾਰਾ ਪਿਆ ਕਰ, ਸਾਰੇ ਕੰਮ ਕਰਨ ਵਾਲੇ ਪਏ ਆ। ਤੁਹਾਨੂੰ ਪ੍ਰਾਹੁਣੇ ਜ਼ਰੂਰੀ ਆ, ਮੈਂ ਭਾਈ ਉੱਦਾਂ ਰਿੜ ਜਾਂ। ਉਹਨਾਂ ਨੇ ਆਉਂਦਿਆਂ ਵਿਚਾਰਿਆਂ ਕਿਤੇ ਚਾਹ ਘੁੱਟ ਪੀ ਕੇ ਤੇ ਉਸੇ ਵੇਲੇ ਮੁੜ ਜਾਣਾ ਵਾ, ਉਹਨਾਂ ਕਿਹੜਾ ਰਹਿਣਾ ਵਾ? ਉਹ ਆਉਂਦੇ ਸਾਡੇ ਤੇ ਕੰਮ ਕਰਦਾ, ਇੱਥੇ ਬੜਾ ਜ਼ੋਰ ਵਾ, ਵਧੀਆ ਕੰਮ ਚੱਲਣ ਡਿਆ ਉਹਨਾਂ ਦਾ, ਤੇ ਉਹ ਆਉਂਦੇ ਸੀ ਘੜੀ ਕੇ ਮਿਲਣ ਵਾਸਤੇ ਆਉਣਾ ਵਾ, ਉਹਨਾਂ ਚੱਲ ਜਾਣਾ ਉਸੇ ਵੇਲੇ ਜਾ ਕੇ ਦਵਾਈ ਲਿਆਵਾਂਗੇ ਤੇ ਕੱਢ ਘੜੀ ਕ। ਮੈਂ ਮਾੜਾ ਮੋਟਾ ਕੰਮ ਕਾਰ ਕਰ ਲਾਂ, ਉਹ ਨਹੀਂ ਮਰਦੀ ਕਿਤੇ ਵੀ, ਜਿੰਨਾ ਚਿਰ ਸਾਹ ਆ ਗਿਆ ਨਾ ਉੱਪਰ ਵਾਲੇ ਨੇ ਵਧਾਏ, ਨਹੀਂ ਮਰਦੀ। ਸਿਆਪਾ ਹੋ ਜੇ ਪੱਕੋ ਦਾ, ਮੈਂ ਤਾਂ ਕਿਹਾ ਗਲੋਂ ਲੱਥੀ ਆ ਲੱਥੀ ਰਹੇਗੀ, ਫੇਰ ਆ ਚੱਲੀ ਆ। ਮੈਂ ਕੋਈ ਗੱਲ ਨੀ, ਮੰਜੀ ਦੇ ਪਈ ਰਹਿਣਾ, ਆਪੇ ਪਕਾਉਣ ਤੇ ਆਪੇ ਖਾਣ, ਮੇਰੇ ਕੋਲ ਨੀ ਹੁੰਦਾ ਕੱਖ ਵੀ। ਕੰਮ ਤੇ ਸਾਰੇ ਕਰਨ ਵਾਲੇ ਆ, ਤੇ ਨਾ ਹੁਣ ਮੈਨੂੰ ਸਮਝ ਲੱਗਦੀ ਕਿਹੜਾ ਕਰਾਂ, ਰਸੋਈ 'ਚ ਵੀ ਖਲਾਰਾ ਬੜਾ, ਭਾਂਡੇ ਧੋਣ ਵਾਲੇ ਆ, ਝਾੜੂ ਲੱਗਣ ਵਾਲਾ ਵਾ, ਹੱਦ ਵਾ ਯਾਰ। ਪਤਾ ਨਹੀਂ ਸਾਬਣ ਜਿਹਾ ਕਿੱਥੇ, ਜਿਹਦੇ ਨਾਲ ਮਾਂਜਦੀ ਹੁੰਦੀ। ਚੱਲ ਇੱਦਾਂ ਧੋ ਧਾ ਦੇਣਾ ਵਾ, ਨਾ ਆਏਗੀ ਤਾਂ ਉਹਨੂੰ ਕਹਾਂਗਾ ਮਾੜਾ ਮਾੜਾ ਹੱਥ ਮਾਰ ਦੇ। ਪੁੱਤ ਚੱਲੇ ਜੇ ਫਿਰ? ਹਾਂਜੀ ਬੀਜੀ ਚੱਲੇ ਆ, ਤੇ ਮੈਂ ਨਾ ਤੁਹਾਨੂੰ ਕੁਝ ਦੱਸਣਾ ਸੀ। ਦੱਸ ਦੋ। ਅੱਜ ਉਹ ਅੰਦਰ ਨਾ ਮੈਂ ਨਾ ਕੱਪੜੇ ਦੇਣੇ ਕਿਸੇ ਦੇ, ਤੇ ਉਹ ਜੇ ਕੋਈ ਲੈਣਾ ਹੋਊਗਾ ਨਾ ਉਹਨਾਂ ਨੂੰ ਦੇ ਦਿਓ। ਬੀਜੀ ਆਹ ਦੋ ਲਿਫਾਫੇ ਆ, ਇਹਨਾਂ ਵਿੱਚ ਕੱਪੜੇ ਆ, ਇਹਨਾਂ ਰਾਜਵਿੰਦਰ ਆਂਟੀ ਹੁਣੀ ਆਉਣਗੇ ਨਾ ਉਹਨਾਂ ਨੂੰ ਦੇ ਦਿਓ, ਤੇ ਜੋ ਪੈਸੇ ਵੀ ਦੇਣਗੇ ਤੇ ਲੈ ਲਿਓ, ਤੇ ਜੇ ਨਾ ਦੇਣਗੇ ਨਾ ਤਾਂ ਵੀ ਕੋਈ ਗੱਲ ਨਹੀਂ, ਕੱਪੜੇ ਦੇ ਦਿਓ ਉਹਨਾਂ ਨੂੰ, ਤੇ ਮੈਂ ਆਪੇ ਆਣ ਕੇ ਉਹਨਾਂ ਨਾਲ ਹਿਸਾਬ ਕਿਤਾਬ ਕਰ ਲਾਂਗੀ। ਠੀਕ ਪੁੱਤ, ਤੁਸੀਂ ਰਾਤ ਰਹਿਣਾ ਕਾ ਜਾਣਾ ਵਾ? ਨਹੀਂ ਬੀਜੀ, ਅਸੀਂ ਰਾਤ ਨਹੀਂ ਰਹਿਣਾ, ਅਸੀਂ ਆ ਜਾਣਾ ਵਾ, ਤੁਹਾਨੂੰ ਪਤਾ ਮੈਨੂੰ ਕਿੰਨਾ ਕੰਮ ਆ, ਤੇ ਜੇ ਮੈਂ ਰਾਤ ਰਹਿ ਪੀਣਾ ਤੇ ਮੇਰਾ ਕੰਮ ਨਹੀਂ ਫਿਰ ਹੋਣਾ। ਤੇ ਪੁੱਤ ਵੇਖਿਓ ਆਪਣੀ ਮਰਜ਼ੀ ਕਰਿਓ, ਜੇ ਰਹਿਣਾ ਹੋ ਰਹਿ ਪਿਓ, ਜੇ ਆਉਣਾ ਹੋ ਤੇ ਆ ਜਿਓ। ਕੋਈ ਗੱਲ ਨਹੀਂ, ਤੇ ਬੀਜੀ ਰੋਟੀ ਬਣਾ ਕੇ ਨਾ ਮੇਰੇ ਰਸੋਈ ਵਿੱਚ ਰੱਖਤੀ ਆ, ਤੇ ਤੁਸੀਂ ਹੁਣ ਖਾ ਲਿਓ। ਠੀਕ ਆ? ਠੀਕ ਆ, ਅਸੀਂ ਛੇਤੀ ਆ ਜਾਣਾ ਵਾ। ਠੀਕ ਆ। ਨਵਦੀਪ ਆ ਜਾ, ਆ ਜਾ ਗਾ, ਹੁਣ ਤੁਰਨਾ ਦੇ, ਤੈਨੂੰ ਕੰਮ ਚਿੱਤੇ ਆਉਣ ਡਏ ਆ। ਹੁਣ ਕੱਪੜੇ ਦੇਣੇ ਸੀ ਕਿਸੇ ਦੇ, ਤੇ ਮੈਂ ਕਿਹਾ ਚੱਲ ਬੀਜੀ ਨੂੰ ਦੱਸ ਦੇਣੀ ਆ, ਜੇ ਪਿੱਛੋਂ ਆਉਣਗੇ ਤੇ ਦੇ ਦੇਣਗੇ ਉਹਨਾਂ ਨੂੰ, ਤੇ ਨਾਲੇ ਬੀਜੀ ਕਹਿੰਦੇ ਸੀ ਜੇ ਰਾਤ ਰਹਿਣਾ ਹੋਊਗਾ ਤੇ ਰਹਿ ਪਿਓ। ਉਹ ਨਹੀਂ ਨਹੀਂ, ਪਹਿਲਾਂ ਤੇਰੀ ਸਲਾਹ ਹੋਰ ਸੀ ਤੇ ਹੁਣ ਹੋਰ ਆ। ਪਰ ਵੈਸੇ ਮੈਂ ਵੀ ਉਹਨਾਂ ਨੂੰ ਇਹੋ ਕਿਹਾ ਕਿ ਅਸੀਂ ਆ ਜਾਣਾ ਵਾ। ਆਹੋ, ਅੱਜ ਆ ਜਾਵਾਂਗੇ ਤੇ ਫਿਰ ਕਿਤੇ ਰਹਿ ਪਾਂਗੇ। ਚਲੋ ਕੋਈ ਗੱਲ ਨਹੀਂ।
ਹੋਰ ਸੁਣਾਓ, ਸਭ ਠੀਕ ਠਾਕ ਆ? ਹਾਂਜੀ ਵਧੀਆ ਠੀਕ ਠਾਕ, ਤੁਸੀਂ ਸੁਣਾਓ? ਬਸ ਆਪਣਾ ਢੂੰਡ ਰਿਹਾ ਟਾਈਮ ਪਾਸ। ਨਾ ਪੁੱਤ, ਤੁਸੀਂ ਇਕੱਲੇ ਆ ਗਏ ਹੋ ਤੇ ਤੁਸੀਂ ਮਾਤਾ ਨੂੰ ਵੀ ਲੈ ਆਉਣਾ ਸੀ ਨਾਲ? ਡੈਡੀ ਜੀ, ਬੀਜੀ ਦਾ ਵੀ ਦਿਲ ਕਰਦਾ ਸੀ ਆਉਣ ਨੂੰ, ਪਰ ਤੁਹਾਨੂੰ ਪਤਾ ਹੁਣ ਸਾਡਾ ਕੰਮ ਵੀ ਬੜਾ ਵਧੀਆ ਚੱਲਣ ਦਿਆ ਵਾ, ਤੇ ਜੇ ਉਹ ਘਰ ਹੋਣ ਨਾ ਫਿਰ ਜੇ ਕੋਈ ਕੱਪੜੇ ਦੇਣ ਆਏ ਜਾਂ ਕੋਈ ਲੈਣ ਆਏ ਤੇ ਉਹ ਦੇ ਦਿੰਦੇ ਨੇ, ਤੇ ਕੋਈ ਨਹੀਂ ਜੀ, ਤੁਸੀਂ ਫੇਰ ਕਿਤੇ ਆਵਾਂਗੇ ਨਾ, ਉਹਨਾਂ ਨੂੰ ਵੀ ਨਾਲ ਲੈ ਕੇ ਆਵਾਂਗੇ। ਚੱਲ ਪੁੱਤ, ਇਹ ਤਾਂ ਗੱਲ ਤੇਰੀ ਠੀਕ ਹੈ, ਚੱਲ ਸਿਆਣਾ ਬੰਦਾ ਘਰ ਹੋਏ ਤੇ ਹਾਂਜੀ ਘਰ ਖੁੱਲ੍ਹਾ ਰਹਿੰਦਾ ਵਾ, ਹੈ ਨਾ? ਹਾਂਜੀ, ਫਿਰ ਉਹ ਤਾਂ ਬੁਹੇ ਬੰਦ ਕਰਕੇ ਆਉਣੇ ਪੈਣੇ ਸੀ। ਚੱਲ ਕਿਤੇ ਮੁੜ ਕੇ ਜਦੋਂ ਆਓਗੇ ਪ੍ਰੋਗਰਾਮ ਬਣਾ ਕੇ ਜ਼ਰੂਰ ਉਹਨਾਂ ਨੂੰ ਲੈ ਕੇ ਆਇਓ। ਹਾਂਜੀ, ਕੋਈ ਨਹੀਂ। ਉਦਾਂ ਤੁਹਾਡਾ ਕੰਮ ਕਾਰ ਵਧੀਆ ਚੱਲਣ ਡਿਆ ਵਾ? ਨਹੀਂ ਡੈਡ ਜੀ, ਬੜਾ ਵਧੀਆ ਚੱਲਣ ਡਿਆ ਵਾ। ਕੋਈ 4 ਰੁਪਏ ਬਣ ਜਾਂਦੇ ਆ? ਵਾਧੂ ਪੈਸੇ ਬਣਦੇ ਨੇ ਹੁਣ ਤੇ। ਅੱਛਾ, ਹਾਂਜੀ। ਹੁਣ ਇੱਕ ਕੰਮ ਕਰੋ, ਮਿਹਨਤ ਕਰੀ ਜਾਓ ਤਗੜੇ ਹੋ ਕੇ, ਹੈ? ਤੇ ਆਪਣੇ ਪੈਸੇ ਇਕੱਠੇ ਇਕੁੱਠੇ ਕਰਕੇ ਤੇ ਮੁੜ ਕੇ ਆਪਣਾ ਕੋਈ ਕੰਮ ਕਰ ਲਿਓ। ਡੈਡੀ, ਹੋਰ ਕੰਮ ਹੀ ਕਿਹੜਾ ਕਰਨਾ ਵਾ, ਕੰਮ ਇਹੋ ਹੀ ਬੜਾ ਵਧੀਆ ਵਾ। ਇਹਦੇ ਸਿਰ ਤੋਂ ਨਾ ਹੁਣ ਅਸੀਂ ਕਮੇਟੀਆਂ ਪਾਉਣ ਲੱਗੇ ਆ, ਤੇ ਜਦੋਂ ਕਮੇਟੀਆਂ ਪੂਰੀਆਂ ਹੋ ਜਾਣਗੀਆਂ, ਜਿਹੜੇ ਪੈਸੇ ਇਕੱਠੇ ਹੋਣਗੇ ਉਹ ਤੋਂ ਹੀ ਆਪਣਾ ਘਰ ਬਾਰ ਬਣਾਵਾਂਗੇ। ਲੈ ਪੁੱਤ, ਆ ਤਾਂ ਫਿਰ ਵਧੀਆ ਗੱਲ ਵਾ, ਜੇ ਵਧੀਆ ਕੰਮ ਚੱਲਣ ਡਿਆ, ਪੈਸੇ ਜੋੜੋ, ਪੈਸੇ ਜੋੜ ਕੇ ਜੋ ਮਰਜ਼ੀ ਬਣਾਈ ਜਾਓ, ਜਿੱਦਾਂ ਜਿੱਦਾਂ ਆਉਂਦੇ ਆ ਉੱਦਾਂ ਬੰਦਾ ਇਕੱਠੇ ਕਰਕੇ ਆਪਣੀਆਂ। ਸਹੀ ਗੱਲ ਆ, ਕਮੇਟੀਆਂ ਦੇ ਵਿੱਚ ਕੀ ਹੁੰਦਾ ਵੀ ਪੈਸੇ ਇਕੱਠੇ ਹੋ ਜਾਂਦੇ ਆ, ਤਾਂ ਮੁੜ ਕੇ ਹੌਲੀ ਹੌਲੀ ਚੁੱਕ ਕੇ ਆਪਣਾ ਘਰ ਬਾਰ ਬਣਾ ਲਿਓ। ਕੋਈ ਗੱਲ ਨਹੀਂ, ਅਸੀਂ ਵੀ ਤੁਹਾਡੀ ਮਦਦ ਕਰਾਂਗੇ ਜਿੰਨੇ ਜੋਗੇ ਹੋਵਾਂਗੇ। ਚਲੋ, ਉਹ ਤੇ ਤੁਹਾਡੀ ਗੱਲ ਠੀਕ, ਤੇ ਮੰਮੀ ਨਹੀਂ ਦੇਖਣ ਡੇ ਕਦੇ? ਉਹ ਮੰਮੀ ਤਾਂ ਇੱਡੀ ਕੀ ਦੱਸਣੀ ਓ, ਉਹ ਮੈਂ ਭਰਾਵਾ ਵਕਤ ਨੂੰ ਫੜਿਆ ਵਾਂ ਕੱਲ ਦਾ। ਕਿਉਂ, ਕੀ ਗੱਲ? ਉਹ ਤੇ ਹੋਈ ਆ ਬਿਮਾਰ, ਉਹਦੇ ਤੇ ਸਿਰ ਪੀੜ ਬਹੁਤ ਜ਼ਿਆਦਾ ਹੋਣ ਡਈ ਸੀ। ਅੱਛਾ, ਤੇ ਉਹ ਦਵਾਈ ਲੈਣ ਜਾਣਾ ਸੀ ਤੇ ਰਾਤੀ ਕਹਿਣ ਲੱਗੇ ਵੀ ਦਿਨੇ ਚੱਲਾਂਗੇ, ਤੇ ਮੁੜ ਕੇ ਤੁਹਾਡਾ ਫੋਨ ਆ ਗਿਆ ਤਾਂ ਫਿਰ ਕੰਮ ਢਿੱਲਾ ਪੈ ਗਿਆ। ਤੁਸੀਂ ਦਵਾਈ ਲੈ ਕੇ ਆਓ ਕਿਤੇ ਵਧੀਆ ਜੀ। ਕੋਈ ਨਹੀਂ, ਲਿਆਉਂਦੇ ਹਾਂ। ਉਹ ਤਾਂ ਫਿਰ ਰੋਟੀ ਪਾਣੀ ਵੀ ਤੇ ਸੱਚੀ ਗੱਲ ਪੁੱਛੇ ਨੇ, ਮੈਂ ਆਪੇ ਪਕਾਇਆ। ਮੈਂ ਆਖਾਂ ਲਿਆ, ਹੁਣ ਕੁੜੀਆਂ ਘਰ ਹੁੰਦੀਆਂ ਤਾਂ ਰੋਟੀ ਪਾਣੀ ਲਾ ਲੈਂਦੀਆਂ। ਨਾਲੇ ਪੁੱਤ, ਉਹਦਾ ਪਤਾ ਲੈ ਲਾ ਮੰਮੀ ਆਪਣੀ ਦਾ ਜਾ ਕੇ। ਕੋਈ ਨਹੀਂ ਡੈਡੀ, ਤੂੰ ਵੀ ਜਾ। ਕੋਈ ਨਹੀਂ, ਮਿਲ ਲਓ ਉਹਨੂੰ ਤੇ ਨਾਲੇ ਚਾਹ ਪਾਣੀ ਬਣਾ। ਬਣਾ ਲੈਣੀ ਮੈਂ ਸਾਰਾ ਗੁਰ, ਤੇ ਤੁਸੀਂ ਮੰਮੀ ਨਾਲ ਜਾ ਕੇ ਤੇ ਦਵਾਈ ਲੈ ਆਓ। ਹਾਂ ਪੁੱਤ, ਕੋਈ ਗੱਲ ਨਹੀਂ, ਲਿਆਉਂਦੇ ਆ ਦਵਾਈ, ਤੁਸੀਂ ਉਹਨੇ ਇੱਕ ਵਾਰੀ ਮਿਲ ਲਓ। ਕੋਈ ਨਹੀਂ, ਹੀ ਮਿਲ ਲਓ। ਆਹ, ਉਹ ਮੁੜ ਕੇ ਗੁੱਸਾ ਕਰੂਗੀ, ਆਏ ਤਾਂ ਮੈਨੂੰ ਮਿਲੇ ਹੀ ਨਹੀਂਗੇ। ਹਾਂਜੀ, ਜਾਂਦੇ ਜਾਓ, ਉਹਨੂੰ ਮਿਲ ਲਓ ਤੇ ਨਾਲੇ ਚਾਹ ਪਾਣੀ ਬਣਾ ਲਓ। ਠੀਕ, ਤੇ ਫਿਰ ਕੋਈ ਨਹੀਂ, ਲਿਆਵਾਂਗੇ ਦਵਾਈ ਵੀ ਜਾ ਕੇ। ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ ਪੁੱਤ। ਮੰਮੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਹੋਣ ਤੁਹਾਡਾ? ਚੰਗਾ ਭਲਾ ਵਾ। ਮੰਮੀ, ਤੁਸੀਂ ਦਵਾਈ ਲੈਣੀ ਸੀ ਜਾ ਕੇ ਡੈਡੀ ਨਾਲ? ਕੋਈ ਲੋੜ ਨਹੀਂ ਮੇਰੀ ਦਵਾਈ ਦੀ, ਜੇ ਉਹਨੂੰ ਫਿਕਰ ਹੁੰਦਾ ਤਾਂ ਲਿਆ ਕੇ ਨਾ ਦਿੰਦੇ। ਉਹਨਾਂ ਨੇ ਕਦੇ ਇਹ ਨਹੀਂ ਕਿਹਾ ਹੈਗਾ ਵੀ ਉੱਠ ਮੇਰੇ ਨਾਲ ਚੱਲ ਕੇ ਦਵਾਈ ਲੈ ਆ। ਮੈਂ ਨਹੀਂ ਹੁਣ ਕਹਿਣਾ, ਮੈਂ ਇੱਦਾਂ ਹੀ ਮੰਜੀ 'ਤੇ ਰਹਿਣਾ, ਆਪੇ ਕੰਮ ਕਰਨਗੇ। ਉਹ ਤਾਂ ਮੰਮੀ ਕਹਿੰਦੇ ਨੇ। ਬਹੁਤਾ ਨਾ ਬੋਲ, ਮੇਰੇ ਸਿਰ 'ਚ ਵੱਜਣ ਡਈ ਆ, ਜਾ ਕੇ ਕੋਈ ਕੰਮ ਕਰ। ਉਹ ਤਾਂ ਮੰਮੀ ਮੈਂ ਕਰਦੀ, ਤੁਹਾਡੇ ਵਾਸਤੇ ਵੀ ਚਾਹ ਬਣਾ ਲਾਂ। ਰਹਿਣ ਦੇ, ਮੈਂ ਨਹੀਂ ਪੀਣੀ ਚਾਹ। ਪਾਣੀ ਪੀਣਾ ਜੀ? ਰਹਿਣ ਦੇ, ਜਦੋਂ ਤੈਨੂੰ ਮੈਂ ਆਖਿਆ ਜਾ ਕੇ ਕੋਈ ਗੱਲਾਂ ਬਾਤਾਂ ਕਰ ਆਪਣੇ ਪਿਓ ਨਾਲ। ਚਲੋ ਠੀਕ ਹੈ, ਤੁਹਾਡੀ ਮਰਜ਼ੀ। ਸੇਰੀ ਖਾ ਲਿਆਈਓ ਮੇਰਾ। ਠੀਕ, ਘੜੀ ਮਹੀਨੇ ਵੀ ਰੈਸਟ ਕਰ ਲੈਂਦੇ। ਆ ਗਈ ਅੰਮੂ ਚੁੱਕ ਕੇ। ਪਿੰਦਰ, ਤੁਸੀਂ ਡੈਡੀ ਲੱਗੇ ਜਾ ਕੇ ਬਹਿ ਕੇ ਗੱਲਾਂ ਬਾਤਾਂ ਕਰੋ ਅਤੇ ਮੈਂ ਚਾਹ ਪਾਣੀ ਬਣਾਉਂਦੀ ਹਾਂ, ਠੀਕ ਆ? ਨਵਦੀਪ ਦੀ ਮੰਮੀ ਕਿੱਦਾਂ ਬੋਲਣ ਡਈ ਇਹਦੇ ਨਾਲ? ਮੈਨੂੰ ਲੱਗਦਾ ਠੀਕ ਨਹੀਂ ਆ, ਤਾਂ ਹੀ ਡਏ ਹੋਣੇ। ਚਲੋ ਕੋਈ ਗੱਲ ਨਹੀਂ, ਆ ਜਾ ਪੁੱਤ, ਆ ਜਾ। ਨਵ ਕਿੱਥੇ ਆ? ਉਹ ਡੈਡੀ ਚਾਹ ਬਣਾਉਂਦੇ ਆ। ਅੱਛਾ, ਠੀਕ ਆ। ਹੋਰ ਸੁਣਾ ਕੋਈ ਨਵੀਂ ਤਾਜ਼ੀ? ਬਸ ਵਧੀਆ। ਤੇ ਨਾਲ ਫਿਰ ਕੋਈ ਮਾੜਾ ਮੋਟਾ ਦੁੱਧ ਦਾ ਵੀ ਕੰਮ ਚੱਲਦਾ ਵਾ? ਹਾਂਜੀ ਹਾਂਜੀ, ਹੈਗੇ ਆ ਆਪਣਾ 3 ਕੁ ਮੱਝਾਂ ਨੇ। ਅੱਛਾ, ਤੇ ਦੁੱਧ ਵੀ ਪਾਈਦਾ ਹੈ। ਕੋਈ ਬਣ ਜਾਂਦਾ 200-400 ਰੁਪਏ ਡੈਡੀ ਦਾ? ਹਾਂਜੀ, ਵਧੀਆ ਹੋ ਜਾਂਦਾ ਟਾਈਮ ਪਾਸ। ਚੱਲ ਪੁੱਤ, ਇਹ ਆ ਨਾਲੇ ਤੇ ਘਰ ਦਾ ਦੁੱਧ ਹੋ ਗਿਆ। ਹਾਂਜੀ, ਹੈ ਇਹਨੂੰ ਪਤਾ ਮੁੱਲ ਦੇ ਦੁੱਧ ਦੇ ਵਿੱਚ ਤਾਂ ਅਗਲੇ ਕਈ ਕੁਝ ਪਾ ਲੈਂਦੇ ਆ। ਇਹ ਤਾਂ ਤੁਹਾਡੀ ਗੱਲ ਸਹੀ। ਤੇ ਨਾਲੇ 4 ਰੁਪਏ ਵੱਟਦੇ ਹੋ, ਨਾਲੇ ਆਪਣੇ ਕੰਮ ਚਾਰੇ ਲੱਗੇ ਰਹਿੰਦੇ ਹੋ, ਹੈ? ਬਿਲਕੁਲ। ਕੁਝ ਤੂੰ ਦੁੱਧ ਦੇ 4 ਵਟਿਆ ਕਰ ਤੇ ਕੁਝ ਉਹ ਕੁੜੀ ਆਪਣੇ ਸਵਾਈ ਸੂਈ ਦਾ ਕਰ ਲੈ, ਰਲ ਮਿਲ ਕੇ ਫਿਰ ਇਹਦਾ ਕੰਮ ਚੱਲੀ ਜਾਂਦਾ ਹੁੰਦਾ ਵਾ। ਨਹੀਂ, ਬਹੁਤ ਵਧੀਆ ਹੁਣ ਕੰਮ ਚੱਲਣ ਡਿਆ। ਠੀਕ ਆ ਕਿ ਨਹੀਂ? ਹਾਂਜੀ ਹਾਂਜੀ। ਤੇ ਮਿਹਨਤ ਕਰੋ, ਤਗੜੇ ਹੋਗੇ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ। ਜਿੱਥੇ ਲੋੜ ਪਏਗੀ ਮੈਨੂੰ ਦੱਸਣਾ ਵਾ, ਕੋਈ ਗੱਲ ਨਹੀਂ, ਝਕਣਾ ਨੀਗਾ। ਡੈਡੀ, ਝਕਣਾ ਕਿਹੜੀ ਗੱਲਾਂ, ਜੇ ਤੁਹਾਨੂੰ ਨਹੀਂ ਦੱਸਣਾ ਤੇ ਹੋਰ ਕਿਹਨੂੰ ਦੱਸਣਾ? ਬੀਜੀ ਤਾਂ ਅੱਗੇ ਬੜਾ ਖੁਸ਼ ਹੁੰਦੇ ਆ, ਆਉਂਦੇ ਜਿੱਦਾਂ ਦੀ ਨਵਦੀਪ ਆਈ ਹੈ ਨਾ, ਤੇ ਸਾਡੇ ਘਰ ਨਾ ਰਿਜਕ ਧੱਕੇ ਮਾਰ ਮਾਰ ਆਉਣ ਡਿਆ। ਪਿੰਦਰ ਸਿੰਘ, ਕਈ ਵਾਰੀ ਦੱਸਾਂ ਕੀ ਹੁੰਦਾ ਵਾ, ਕੋਈ ਜੀ ਕਰਮਾਂ ਵਾਲਾ ਘਰ 'ਚ ਆ ਜਾਂਦਾ ਵਾ, ਹੈ, ਅਤੇ ਉਹ ਰਿਜਕ ਆਪਣੇ ਪੈਰਾਂ ਨਾਲ ਲਈ ਆਉਂਦਾ ਵਾ। ਮਹਾਰਾਜ ਦੀ ਕਿਰਪਾ ਹੁੰਦੀ ਕਈਆਂ ਬੰਦਿਆਂ ਦੇ ਉੱਤੇ, ਬਾਕੀ ਬੰਦੇ ਦੀ ਨੀਤ ਸਾਫ਼ ਹੋਵੇ ਨਾ ਤਾਂ ਮਿਹਨਤ ਬੰਦਾ ਕਰੇ, ਪਰਮਾਤਮਾ ਜ਼ਰੂਰ ਮਿਲਦਾ ਇੱਕ ਦਿਨ। ਜੱਗੀ, ਮੇਰੀ ਗੱਲ ਸੁਣ ਲਾ। ਦੱਸੋ। ਮੈਂ ਅੱਜ ਨਾ ਕਿਤੇ ਜਾਣ ਦੀ ਲੋੜ ਨੀਗੀ, ਠੀਕ ਆ ਨਾ? ਅੱਜ ਤੇਰੇ ਮਾਮੇ ਮਾਮੀ ਨੇ ਆਉਣਾ ਵਾ ਤੇ ਮਾਸੜ ਮਾਸੀ ਨੇ, ਤੇ ਨਾਲ ਉਹਨਾਂ ਦੇ ਬੱਚੇ ਵੀ ਆਉਣੇ ਆ, 9-10 ਜੀ ਆਉਣੇ ਆ, ਤੇ ਨਾ ਮੈਂ ਪੈਸੇ ਦਿੰਦੀ ਆ ਤੇ ਜਾ ਕੇ ਸਾਰਾ ਹੀ ਸਮਾਨ ਲੈ ਆ। ਚੰਗਾ, ਕੋਈ ਗੱਲ ਨਹੀਂ, ਦੱਸ ਦਿਓ ਕੀ ਕੀ ਲਿਆਉਣਾ। ਲੈ ਆਉਣਾ ਮੈਂ ਜਾ ਕੇ। ਉਹ ਮੈਂ ਤੈਨੂੰ ਲਿਖ ਦਿੰਦੀ ਹਾਂ ਸਾਰਾ, ਤੇ ਸਾਰਾ ਕੰਮ ਵੀ ਕਰਨਾ ਵਾ। ਸ਼ਰਨ, ਆ ਜਾਈ।
ਆ ਕਿੱਥੋਂ ਚੋਣਾ ਆ ਚੱਲਾ ਵੈ ਮੇਰੇ ਕੋਲ ਤਾਂ ਇਹਨਾਂ ਦੀਆਂ ਰੋਟੀਆਂ ਵੀ ਨਹੀਂ ਪੱਕਣੀਆਂ ਇੱਦਾਂ ਕਰਦੀ ਕੋਈ ਸਕੀਮ ਲਾਉਣੀ ਆ ਤਾਂ ਪਿੰਡ ਚੱਲ ਜਾਣੀ ਆ ਉੱਥੇ ਪੱਕੋ ਵੀ ਗਈ ਹੈ ਨਾ ਆਪੇ ਨਾਲੇ ਉਹ ਕੰਮ ਕਰੇਗੀ ਅਤੇ ਮੈਂ ਬਹਿ ਕੇ ਖਾਵਾਂਗੀ ਮੇਰੇ ਕੋਲ ਤਾਂ ਨਹੀਂ ਇੱਥੇ ਰਿਹਾ ਜਾਣਾ ਕਰਦੀ ਹਾਂ ਕੋਈ ਹੱਲ ਮੇਰੀ ਗੱਲ ਸੁਣੋ ਇਹ ਕੰਮ ਛੱਡੋ ਵੀ ਇਹ ਬਾਅਦ 'ਚ ਹੋ ਜਾਣਗੇ ਕਿਉਂ ਇੱਦਾਂ ਕਰੋ ਮੈਨੂੰ ਪਿੰਡ ਛੱਡ ਕੇ ਆਊਗੀ ਕੀ ਗੱਲ ਕੋਈ ਹੈ ਮੰਮੀ ਮੇਰੀ ਜ਼ਿਆਦਾ ਨਹੀਂ ਠੀਕ ਹੈਗੀ ਮੈਨੂੰ ਹੁਣੇ ਡੈਡੀ ਦਾ ਫੋਨ ਆਇਆ ਉਹ ਹਸਪਤਾਲ ਖੜ੍ਹ ਲੱਗੇ ਨੇ ਯਾਰ ਮੰਮੀ ਨੂੰ ਠੀਕ ਹੈ ਤਾਂ ਜਿਹੜੇ ਇੱਧਰ ਪ੍ਰਾਹੁਣੇ ਆਉਣ ਲੱਗੇ ਨੇ ਉਹਨਾਂ ਦਾ ਕੀ ਬਣੇਗਾ ਅਤੇ ਮੰਮੀ ਘਰੇ ਹੀ ਨੇ ਸਾਰੇ ਹੀ ਘਰੇ ਨੇ ਤੁਸੀਂ ਮੈਨੂੰ ਛੱਡ ਆਓ ਅਤੇ ਛੱਡ ਕੇ ਵੀ ਗੱਡੀ 'ਤੇ ਆਉਣਾ ਜੇ ਮੈਂ ਮੋਟਰਸਾਈਕਲ 'ਤੇ ਨੀਚੇ ਜਾਣਾ ਮੇਰੀ ਸੁਣ ਗੱਲ ਇੰਨੇ ਚਿਰ ਬਾਅਦ ਆਉਣ ਲੱਗੇ ਨੇ ਵਿਚਾਰੇ ਜੇ ਮੰਨ ਲਓ ਉਹਨਾਂ ਤੋਂ ਪਹਿਲਾਂ ਨਿਕਲ ਜਾਈਏ ਫਿਰ ਇਹਨੇ ਗੱਲਾਂ ਕਰਨਗੇ ਸਾਨੂੰ ਮੈਂ ਆਪਣੀ ਮੰਮੀ ਵੇਖਣੀ ਆ ਠੀਕ ਹੈ ਨਾ ਇਹ ਕੰਮ ਬਾਅਦ 'ਚ ਹੋ ਜਾਣਗੇ ਮੰਮੀ ਵੀ ਤੈਨੂੰ ਵਿਖਾ ਦਾਂਗਾ ਬਾਬਾ ਪਹਿਲਾਂ ਪ੍ਰਾਹੁਣੇ ਨੂੰ ਮਿਲੀਏ ਇੱਧਰੋਂ ਕੰਮ ਭੁਗਤ ਜਾਣਾ ਫਿਰ ਜਾਂਦੇ ਹਾਂ ਤੁਸੀਂ ਮੈਨੂੰ ਛੱਡ ਆਓ ਤੁਹਾਨੂੰ ਤਾਂ ਮੈਂ ਕਹਿੰਦੀ ਨਹੀਂ ਕਿ ਤੁਸੀਂ ਜਾਓ ਚੱਲ ਤੈਨੂੰ ਛੱਡਣਾ ਮੰਮੀ ਨੇ ਤਾਂ ਕਰੀ ਫਿਰ ਸਲਾਹ ਮੰਮੀ ਮੇਰੀ ਗੱਲ ਸੁਣ ਪੁੱਤ ਪ੍ਰਾਹੁਣੇ ਤੁਰ ਪਏ ਆ ਬਸ ਪਹੁੰਚਣ ਵਾਲੇ ਆ ਮੇਰੀ ਧੀ ਨਾ ਚਾਹ ਪਾਣੀ ਪਿਆ ਲਈਏ ਤੇ ਫੇਰ ਭਾਵੇਂ ਤੇ ਚੱਲ ਜੀ ਆਪੇ ਤੈਨੂੰ ਜੱਗੀ ਛੱਡ ਆਊਗਾ ਮੰਮੀ ਮੇਰੀ ਗੱਲ ਸੁਣੋ ਮੇਰੀ ਮੰਮੀ ਨੀ ਠੀਕ ਮੈਂ ਪ੍ਰਾਹੁਣੇ ਤੁਹਾਡੇ ਨੂੰ ਕੀ ਕਰਾਂ ਸ਼ਰਮ ਕਿੱਦਾਂ ਦੀਆਂ ਗੱਲਾਂ ਕਰਦੀ ਆ ਤੈਨੂੰ ਮਿਲਣ ਤੇ ਆਉਣ ਡਏ ਆ ਸਾਡੇ ਕੋਲ ਤਾਂ ਅੱਗੇ ਵੀ ਕਈ ਵਾਰੀ ਆਏ ਆ ਵਿਚਾਰੇ ਤੇਰੇ ਕਰਕੇ ਤੇ ਉਹ ਆਉਣ ਡਏ ਆ ਮੇਰੇ ਬਗੈਰ ਉਹਨਾਂ ਦੀ ਬਾਹਾਂ ਆਕੜੀਆਂ ਨਾ ਜਿਹੜੇ ਮੈਨੂੰ ਮਿਲਣ ਆਉਣਾ ਉਹਨਾਂ ਨੇ ਸ਼ਰਮ ਮੇਰੀ ਸੁਣ ਗੱਲ ਮੰਮੀ ਜੋ ਕਹਿੰਦੇ ਸਹੀ ਕਹਿੰਦੇ ਠੀਕ ਆ ਤੈਨੂੰ ਮੈਂ ਪਹਿਲਾਂ ਹੀ ਕਹਿਣਾ ਕਿ ਮਾਸੂ ਜੀ ਕਿੰਨੇ ਚਿਰ ਬਾਅਦ ਆਉਣ ਲੱਗੇ ਨੇ ਜੇ ਤੂੰ ਫਿਰ ਵੀ ਜਾਣਾ ਚਾਹੁੰਦੀ ਹੈ ਨਾ ਜਾਂ ਕੱਪੜੇ ਪਾ ਦੇ ਤੈਨੂੰ ਮੈਂ ਛੱਡਣਾ ਬਸੇ ਚਾੜਨਾ ਜਾ ਕੇ ਕੱਪੜੇ ਠੀਕ ਹੈ ਮੇਰੇ ਮੈਂ ਇੱਦਾਂ ਹੀ ਜਾਣਾ ਨਾ ਵੇ ਇੱਦਾਂ ਨਾ ਕਰ ਪ੍ਰਾਹੁਣੇ ਤੇ ਆ ਲੈਂਦੇ ਸਾਡੀ ਵੀ ਰਹਿ ਜੂਗੀ ਉਹ ਕੀ ਆਖਣਗੇ ਮਿਲ ਤੈਨੂੰ ਆਉਣਾ ਵਾ ਮੰਮੀ ਉਹ ਤਾਂ ਮੈਨੂੰ ਸਮਝਾਉਣ ਡਿਆ ਵਾ ਤੂੰ ਟੈਨਸ਼ਨ ਨਾ ਲਓ ਇਹਨੂੰ ਕਿਹੜੀ ਗੱਲ ਹੈਗੀ ਹੈ ਚਾੜਨਾ ਮੈਂ ਬਸੇ ਚੱਲ ਆ ਫਿਰ ਚਲੋ ਕਰੋ ਦੱਸ ਹੱਦ ਹੋਈ ਇਹਦੇ ਵਾਲੀ ਵੀ ਹਾਏ ਹਾਏ ਕਿੱਡੀ ਨਿਕੰਮੀ ਕੁੜੀ ਆ ਐਡੀ ਨਿਕੰਮੀ ਕਿਤੇ ਮਾਸਾ ਅਕਲ ਨਹੀਂ ਇਹਦੀ ਮਾਂ ਨੇ ਦਿੱਤੀ ਵੀ ਪ੍ਰਾਹੁਣੇ ਆਉਣ ਵਾਲੇ ਮੈਂ ਤਰਲੇ ਕਰਨ ਡਈ ਹਾਂ ਵੀ ਕੋਈ ਗੱਲ ਨਹੀਂ ਚੱਲ ਜੀ ਪਰ ਨਾ ਉਹਦੇ ਕੰਮ 'ਤੇ ਜੂ ਨਹੀਂ ਸਰਕੀ ਆ ਵੇਖ ਲਓ ਆਪਣੀ ਨੌਂ ਦੀ ਕਰਤੂਤ ਹੁਣ ਕੀ ਹੋ ਗਿਆ ਵਾ ਹੋਣਾ ਕੀ ਆ ਪ੍ਰਾਹੁਣਿਆਂ ਨੇ ਆਉਣਾ ਉਹਨਾਂ ਨੇ ਫੋਨ ਕੀਤਾ ਵਾ ਉਹ ਤਾਂ ਆਉਣ ਵਾਲੇ ਆ ਐਡੀ ਚਲਾਕ ਵਾ ਨਾ ਉਸੇ ਵੇਲੇ ਕੱਪੜੇ ਪਾ ਲਏ ਆ ਤੇ ਉਸ ਵੇਲੇ ਜੱਗੀ ਨੂੰ ਨਾਲ ਲੈ ਕੇ ਨਿਕਲ ਗਈ ਆ ਵੀ ਮੈਂ ਤੇ ਮੇਰੀ ਮਾਂ ਬੜੀ ਬਿਮਾਰ ਵਾ ਮੈਂ ਤਾਂ ਉੱਥੇ ਚੱਲੀ ਹਾਂ ਪਿੰਡ ਜਾਣਾ ਸੀ ਉਹਨੇ ਹੋਰ ਕੀ ਉਹ ਤਾਂ ਚੱਲ ਵੀ ਗਈ ਆ ਹੈਂ ਕੀ ਦੱਸਾਂ ਤੁਹਾਨੂੰ ਮੈਂ ਤਾਂ ਨਾ ਬਹੁਤੀ ਤੰਗ ਹੋ ਗਈ ਇਹਦੇ ਇੱਥੋਂ ਮੇਰੀ ਸੁਣ ਲਾ ਗੱਲ ਜਦੋਂ ਵੇਖਣ ਗਏ ਸੀ ਨਾ ਤੂੰ ਹੀ ਗੋਰਾ ਰੰਗ ਰੋ ਗੋਰਾ ਰੰਗ ਕਰਦੀ ਮੈਂ ਨਹੀਂ ਕਰਦਾ ਮੈਨੂੰ ਕੀ ਪਤਾ ਸੀਗਾ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਨਾ ਮੈਂ ਦੂਜੀ ਲੈ ਆਉਂਦੀ ਉਹਦੀ ਵੇਖੋ ਕਿੰਨੀ ਸੋਭਾ ਵਾ ਸਾਰਾ ਪਿੰਡ ਸਿਫਤਾਂ ਕਰਨ ਡਿਆ ਵਾ ਘਰ ਭਰ ਤਾਂ ਅਗਲੀ ਨਹੀਂ ਆਉਂਦੀ ਆਈ ਤੇ ਆਹ ਵੇਖੋ ਨਿਕੰਮੀ ਸਾਡੇ ਪੱਲੇ ਪੈ ਗਈ ਆ ਜਿਹੜੀ ਗੱਲ ਵੀ ਨਹੀਂ ਮੰਨਦੀ ਮੇਰੀ ਸੁਣ ਲਾ ਗੱਲ ਹੁਣ ਮੇਰੇ ਨਾਲ ਗੱਲ ਕਰਨ ਦੀ ਕੋਈ ਫਾਇਦਾ ਨਹੀਂਗਾ ਠੀਕ ਆ ਹੁਣ ਜੇ ਆਪ ਕੀਤਾ ਵਾ ਨਾ ਆਪ ਹੀ ਭੁਗਤ ਹੋਣਾ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਿ ਸ਼੍ਰੀ ਅਕਾਲ ਪੁੱਤ ਠੀਕ ਠਾਕ ਇਕੱਲੀ ਆਈ ਹੈ ਪੁੱਤ ਹੈ ਸ਼ਰਨ ਦੀ ਆਵਾਜ਼